ਵਿਸ਼ਾ ਇਹ ਹੈ ਕਿ ਪੰਜਾਬ ਪੁਲਿਸ ਖਾਕੀ ਵਰਦੀ ਇੱਕ ਵਾਰ ਫਿਰ ਚਰਚਾ ਵਿੱਚ ਹੈ ਨਾ ਪੱਖੀ ਚਰਚਾ ਨੈਗੇਟਿਵ ਪਬਲਿਸਿਟੀ ਇੱਕ ਵੀਡੀਓ ਅੱਜ ਨਸ਼ਰ ਹੋਇਆ ਇੱਕ ਵੀਡੀਓ ਵਾਇਰਲ ਹੋਇਆ ਤੁਸੀਂ ਸਾਰਿਆਂ ਨੇ ਵੀ ਹੁਣ ਤੱਕ ਵੇਖ ਲਿਆ ਹੋਣਾ ਬਠਿੰਡੇ ਵਿੱਚ ਇੱਕ ਪੁਲਿਸ ਵਾਲੇ ਵੱਲੋਂ ਕਥਿਤ ਤੌਰ ਤੇ ਇੱਕ ਔਰਤ ਦੇ ਨਾਲ ਬਲੈਕਮੇਲਿੰਗ ਜ਼ਰੀਏ ਜ਼ਬਰਜਨਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਨੂੰ ਲੋਕਾਂ ਨੇ ਰੰਗਿਆ ਇੱਥੇ ਫੜਿਆ ਉਹਦਾ ਵੀਡੀਓ ਬਣਾ ਕੇ ਇਸ ਘਟਨਾ ਦਾ ਵੀਡੀਓ ਤੁਸੀਂ ਸਾਰਿਆਂ ਨੇ ਵੇਖ ਹੀ ਲਿਆ ਹੋਣਾ ਬਾਕੀ ਸਾਰੇ ਚੈਨਲਾਂ ਨੇ ਸਵੇਰ ਦਾ ਵੀਡੀਓ ਚਲਾ ਚਲਾ ਕੇ ਲੱਖਾਂ ਵਿਊਜ਼ ਹਾਸਲ ਕਰ ਲਏ ਆ ਇਸ ਵੀਡੀਓ ਨੂੰ ਵਾਇਰਲ ਕਰਨ ਉੱਤੇ ਸਾਰੇ ਲੱਗੇ ਹੋਏ ਆ ਪਰ ਅਸੀਂ ਇਹ ਵੀਡੀਓ ਵਿਖਾਉਣ ਦੀ ਬਜਾਏ ਇਸ ਗੱਲ ਉੱਤੇ ਚਰਚਾ ਕਰਨੀ ਪਸੰਦ ਕਰਾਂਗੇ ਕਿ ਇਹ ਘਟਨਾਵਾਂ ਕਿਉਂ ਵਾਪਰਦੀਆਂ ਬਹੁਤ ਸ਼ਰਮਨਾਕ ਘਟਨਾ ਹੈ ਇਹ ਜਿਹਦੇ ਵਿੱਚ ਪੁਲਿਸ ਦੀ ਬਹੁਤ ਬਦਨਾਮੀ ਅੱਜ ਹੋਈ ਹੈ ਅਤੇ ਪਿਛਲੇ ਦਿਨਾਂ ਦੌਰਾਨ ਵੀ ਲਗਾਤਾਰ ਪੁਲਿਸ ਇਹੋ ਜੀਆਂ ਗੱਲਾਂ ਕਰਕੇ ਚਰਚਾ ਵਿੱਚ ਰਹੀ ਐ ਹਾਲੇ ਥੋੜੇ ਦਿਨ ਪਹਿਲਾਂ ਦੀ ਗੱਲ ਆ ਕਿ ਫਗਵਾੜੇ ਵਿੱਚ ਇੱਕ ਐਸਐਚਓ ਵੱਲੋਂ ਇੱਕ ਗਰੀਬ ਸਬਜ਼ੀ ਵਾਲੇ ਦੀ ਰੇੜੀ ਨੂੰ ਲੱਤ ਮਾਰਨ ਦਾ ਵੀਡੀਓ ਵਾਇਰਲ ਹੋਇਆ ਸੀ ਇਸ ਤੋਂ ਪਹਿਲਾਂ ਦੀ ਇੱਕ ਧਰਾਵਾ ਤੁਸੀਂ ਵੇਖ ਲਓ ਪਿਛਲੇ ਸਾਲ ਤੁਹਾਨੂੰ ਯਾਦ ਹੋਣਾ ਲੌਕਡਾਊਨ ਦੇ ਦਿਨਾਂ ਵਿੱਚ ਇੱਕ ਬਹੁਤ ਇਹੋ ਜਿਹੀ ਵੱਡੀ ਖਬਰ ਆਈ ਸੀ ਕਿ ਜਿੱਥੇ ਇੱਕ ਪੁਲਿਸ ਵਾਲੇ ਨੇ ਥਾਣਾ ਮੁਖੀ ਨੇ ਆਪਣੇ ਥਾਣੇ ਵਿੱਚ ਇੱਕ ਬਜ਼ੁਰਗ ਕਿਸਾਨ ਅਤੇ ਉਹਦੇ ਬੇਟੇ ਨੂੰ ਨਰਵਸਤਰ ਕਰਕੇ ਕੱਪੜੇ ਲੋਹਾ ਕੇ ਉਹਨਾਂ ਦੇ ਉੱਪਰ ਤਸ਼ੱਦਦ ਕੀਤਾ ਸੀ ਉਹਦੀ ਵੀ ਵੀਡੀਓ ਵਾਇਰਲ ਹੋਈ ਸੀ ਅਤੇ ਉਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਜਦੋਂ ਪੁਲਿਸ ਦੀ ਬਹੁਤ ਆਲੋਚਨਾ ਕਿਰਕਰੀ ਬਦਨਾਮੀ ਹੋਈ ਸੀ ਹੁਣ ਹਰ ਵਾਰ ਇਹੀ ਹੁੰਦਾ ਫੜੇ ਗਏ ਪੁਲਿਸ ਵਾਲੇ ਨੂੰ ਮੁਅਤਲ ਕਰ ਦਿੱਤਾ ਜਾਂਦਾ ਹੈ ਅਤੇ ਜਾਂਚ ਦੇ ਆਰਡਰ ਦੇ ਦਿੱਤੇ ਜਾਂਦੇ ਆ ਹਰ ਵਾਰ ਇਹੀ ਟ੍ਰੈਂਡ ਚੱਲਦਾ ਰਿਹਾ ਹੈ ਸਸਪੈਂਡ ਕਰੋ ਤੇ ਜਾਂਚ ਕਰੋ ਬਸ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਹੁੰਦਾ ਇਕਟਨਾਵਾ ਕਿਉਂ ਵਾਪਰ ਰਹੀਆਂ ਵਾਰ-ਵਾਰ ਕਿਉਂ ਵਾਪਰ ਰਹੀਆਂ ਕਿਉਂ ਪੁਲਿਸ ਵਾਲੇ ਇਹ ਪਤਾ ਹੋਣ ਦੇ ਬਾਵਜੂਦ ਵੀ ਕਿ ਅੱਜਕੱਲ ਸੋਸ਼ਲ ਮੀਡੀਆ ਰਾਹੀਂ ਹਰ ਗੱਲ ਫੜੀ ਜਾਂਦੀ ਹੈ ਮਿੰਟਾਂ ਸਕਿੰਟਾਂ ਵਿੱਚ ਦੁਨੀਆ ਤੱਕ ਪਹੁੰਚ ਜਾਂਦੀ ਹੈ ਫਿਰ ਵੀ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਨੇ ਇਹਦੇ ਬਾਰੇ ਸੋਚਣਾ ਬਣਦਾ ਤੇ ਇਹੀ ਗੱਲ ਅਸੀਂ ਅੱਜ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਾਂਗੇ ਦੋ ਵੱਡੇ ਕਾਰਨ ਇਹਦੇ ਮਗਰ ਨਜ਼ਰ ਆਉਂਦੇ ਨੇ ਕਿ ਇਹੋ ਜਿਹੀਆਂ ਘਟਨਾਵਾਂ ਵਾਰ-ਵਾਰ ਕਿਉਂ ਵਾਪਰਦੀਆਂ ਨੇ ਪਹਿਲਾ ਵੱਡਾ ਕਾਰਨ ਇਹ ਹੈ ਸਖਤ ਐਕਸ਼ਨ ਨਾ ਲਿਆ ਜਾਣਾ ਜੋ ਵੀ ਪੁਲਿਸ ਵਾਲਾ ਗਲਤ ਕੰਮ ਕਰਦਾ ਫੜਿਆ ਜਾਂਦਾ ਹੈ ਵੀਡੀਓ ਦੇ ਵਿੱਚ ਸਾਫ਼ ਨਜ਼ਰ ਵੀ ਆ ਜਾਂਦਾ ਹੈ ਦੋਸ਼ੀ ਸਾਬਤ ਹੋ ਵੀ ਜਾਂਦਾ ਪਰ ਵੱਡਾ ਐਕਸ਼ਨ ਉਹਦੇ ਖਿਲਾਫ ਨਹੀਂ ਲਿਆ ਜਾਂਦਾ ਇਹ ਵੀ ਇੱਕ ਬਹੁਤ ਵੱਡਾ ਕਾਰਨ ਹੈ ਕਿ ਵਾਰ-ਵਾਰ ਪੁਲਿਸ ਵਾਲੇ ਕੋਈ ਨਾ ਕੋਈ ਇਹੋ ਜਿਹਾ ਕਾਰਾ ਕਰ ਹੀ ਦਿੰਦੇ ਆ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਕਿ ਵੱਡਾ ਤੋਂ ਵੱਡਾ ਐਕਸ਼ਨ ਇਹੀ ਹੁੰਦਾ ਕਿ ਬੰਦੇ ਨੂੰ ਮੁਅਤਲ ਕਰ ਦਿੱਤਾ ਜਾਂਦਾ ਜਾਂਦਾ ਡਿਊਟੀ ਤੋਂ ਲਾਂਬੇ ਕਰ ਦਿੱਤਾ ਜਾਂਦਾ ਪਰ ਉਹਨੂੰ ਬਰਖਾਸਤ ਨਹੀਂ ਕੀਤਾ ਜਾਂਦਾ ਸਸਪੈਂਡ ਕਰਨ ਦਾ ਮਤਲਬ ਹੁੰਦਾ ਕਿ ਥੋੜੇ ਦਿਨਾਂ ਲਈ ਡਿਊਟੀ ਤੋਂ ਲਾਂਬੇ ਕੀਤਾ ਗਿਆ ਲੋਕਾਂ ਵਿੱਚ ਆਮ ਧਾਰਨਾ ਇਹ ਹੈ ਕਿ ਪੁਲਿਸ ਵਾਲਿਆਂ ਲਈ ਸਸਪੈਂਡ ਹੋਣਾ ਕੋਈ ਬਹੁਤ ਵੱਡੀ ਸਜ਼ਾ ਨਹੀਂ ਹੁੰਦੀ। ਸੋ ਲੋਕਾਂ ਵਿੱਚ ਇਸ ਵੇਲੇ ਆਮ ਧਾਰਨਾ ਇਹ ਬਣ ਚੁੱਕੀ ਹੈ ਕਿ ਜਾਂਚ ਦਾ ਆਰਡਰ ਦੇ ਕੇ ਇੱਕ ਤਰ੍ਹਾਂ ਨਾਲ ਮਾਮਲਾ ਰਫਾ-ਦਫਾ ਕਰ ਦਿੱਤਾ ਜਾਂਦਾ ਹੈ ਅਤੇ ਜਦੋਂ ਗੱਲ ਆਈ ਗਈ ਹੋ ਜਾਂਦੀ ਠੰਡੀ ਹੋ ਜਾਂਦੀ ਹੈ ਤਾਂ ਸ਼ਾਇਦ ਇਹੋ ਜਿਹੇ ਪੁਲਿਸੀਆਂ ਨੂੰ ਦੁਬਾਰਾ ਨੌਕਰੀ ਵੀ ਜੁਆਇਨ ਕਰਵਾ ਲਈ ਜਾਂਦੀ ਹੋਊਗੀ। ਦੂਜੀ ਵੱਡੀ ਗੱਲ ਦੂਜਾ ਵੱਡਾ ਕਾਰਨ ਇਨ੍ਹਾਂ ਘਟਰਾਵਾਂ ਪਿੱਛੇ ਇਹ ਹੈ ਕਿ ਜਦੋਂ ਵੀ ਪੁਲਿਸ ਨੂੰ ਬਹੁਤ ਜ਼ਿਆਦਾ ਪਾਵਰ ਮਿਲ ਜਾਂਦੀ ਕਿਸੇ ਖਾਸ ਸਥਿਤੀ ਵਿੱਚ ਕਿਸੇ ਖਾਸ ਹਾਲਾਤ ਵਿੱਚ ਤਾਂ ਉਸ ਵੇਲੇ ਪਾਵਰ ਦੀ ਦੁਰਵਰਤੋਂ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ ਹੁਣ ਇਹ ਜੋ ਤਾਜ਼ਾ ਘਟਨਾ ਵਾਪਰੀ ਹੈ ਬਠਿੰਡੇ ਵਾਲੀ ਇਹਦੇ ਵਿੱਚ ਇਹ ਚੀਜ਼ ਸਪਸ਼ਟ ਹੈ ਉਸ ਔਰਤ ਨੂੰ ਬਲੈਕਮੇਲ ਕਰਨ ਦੇ ਲਈ ਉਹਦੇ ਪੁੱਤਰ ਨੂੰ ਨਸ਼ਾ ਰੋਕੂ ਐਕਟ ਤਹਿਤ ਗ੍ਰਿਫਤਾਰ ਕੀਤਾ ਗਿਆ ਅਤੇ ਉਸੇ ਐਨਡੀਪੀਐਸ ਨਸ਼ਾ ਰੋਕੂ ਐਕਟ ਦੀ ਵਰਤੋਂ ਕਰਦੇ ਹੋਏ ਉਸੇ ਆਧਾਰ ਤੇ ਉਹਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ ਗਈ ਕੋਰੋਨਾ ਦੇ ਸਮੇਂ ਲਾਕਡਾਊਨ ਦੇ ਸਮੇਂ ਵੀ ਤੁਹਾਨੂੰ ਯਾਦ ਹੋਣਾ ਜਦੋਂ ਪੁਲਿਸ ਨੂੰ ਬਹੁਤ ਸਖਤ ਹਦਾਇਤਾਂ ਸੀ ਪਾਵਰ ਮਿਲੀ ਹੋਈ ਸੀ ਤਾਂ ਲੋਕਾਂ ਦੇ ਉੱਪਰ ਕਈ ਥਾਈਂ ਤਸ਼ੱਦਦ ਹੋਣ ਦੀਆਂ ਖ਼ਬਰਾਂ ਮਿਲੀਆਂ ਸੀ ਠੀਕ ਇਸੇ ਤਰ੍ਹਾਂ ਆਪਾਂ ਦੋ ਦਹਾਕੇ ਪਹਿਲਾਂ ਪੰਜਾਬ ਵਿੱਚ ਜੋ ਹਾਲਾਤ ਸੀ ਉਹਨਾਂ ਦਿਨਾਂ ਦੌਰਾਨ ਵੀ ਕਈ ਪੁਲਿਸ ਵਾਲਿਆਂ ਨੇ ਲੋੜੋਂ ਵੱਧ ਮਿਲੇ ਅਖਤਿਆਰ ਅਤੇ ਪਾਵਰ ਦਾ ਗਲਤ ਇਸਤੇਮਾਲ ਕੀਤਾ ਸੀ ਇਸ ਜਿਹੇ ਘਟਨਾਵਾਂ ਹਾਲੇ ਵੀ ਮਿਲਦੀਆਂ ਨੇ ਲੋਕ ਦੱਸਦੇ ਨੇ ਸੋ ਹੁਣ ਪੰਜਾਬ ਪੁਲਿਸ ਨੂੰ ਇਹਨਾਂ ਮਾਮਲਿਆਂ ਸਬੰਧੀ ਧਿਆਨ ਦੇਣ ਦੀ ਲੋੜ ਹੈ ਪੰਜਾਬ ਪੁਲਿਸ ਦੇ ਮੁਖੀ ਨੂੰ ਅਤੇ ਉੱਚ ਅਧਿਕਾਰੀਆਂ ਨੂੰ ਇਸ ਪਾਸੇ ਧਿਆਨ ਦੇਣਾ ਬਣਦਾ ਹੈ ਕਿ ਕੁਝ ਮਾੜੇ ਬੰਦਿਆ ਕਰਕੇ ਸਾਰੇ ਪੁਲਿਸ ਮਹਿਕਮੇ ਦੀ ਬਦਨਾਮੀ ਹੋ ਰਹੀ ਹੈ ਪੁਲਿਸ ਮਹਿਕਮੇ ਵਿੱਚ ਬਹੁਤ ਚੰਗੇ ਇਮਾਨਦਾਰ ਤਨਦੇਹੀ ਨਾਲ ਡਿਊਟੀ ਕਰਨ ਵਾਲੇ ਆਫੀਸਰ ਵੀ ਮੌਜੂਦ ਨੇ ਪਰ ਜਦੋਂ ਕੋਈ ਦਾਗੀ ਇਹੋ ਜਿਹਾ ਗਲਤ ਕੰਮ ਕਰਦਾ ਪੁਲਿਸ ਵਾਲਾ ਫੜਿਆ ਜਾਂਦਾ ਤਾਂ ਬਦਨਾਮੀ ਸਾਰੇ ਪੁਲਿਸ ਮਹਿਕਮੇ ਦੀ ਹੁੰਦੀ ਹੈ ਉੱਪਰ ਤੋਂ ਲੈ ਕੇ ਹੇਠਾਂ ਤੱਕ ਸੋ ਲੋੜ ਹੈ ਕਿ ਇਹੋ ਜਿਹੇ ਗਲਤ ਕੰਮ ਕਰਨ ਵਾਲੇ ਪੁਲਿਸ ਵਾਲਿਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਨੌਕਰੀ ਤੋਂ ਲਾਂਭੇ ਕੀਤਾ ਜਾਵੇ ਅਤੇ ਲੋਕਾਂ ਨੂੰ ਦੱਸਿਆ ਜਾਵੇ ਕਿ ਆਹ ਸਜ਼ਾ ਦਿੱਤੀ ਗਈ ਹੈ ਅਤੇ ਬਾਕੀ ਪੁਲਿਸ ਵਾਲਿਆਂ ਨੂੰ ਵੀ ਜ਼ਰੂਰ ਸਬਕ ਮਿਲੂਗਾ ਕਿ ਜੇ ਗਲਤ ਕੰਮ ਕਰੋਗੇ ਤਾਂ ਇਹੋ ਜੀ ਸਜ਼ਾ ਮਿਲੂਗੀ। ਇਹ ਹੀ ਇੱਕ ਤਰੀਕਾ ਹੈ ਇਹਨਾਂ ਚੀਜ਼ਾਂ ਨੂੰ ਨੱਥ ਪਾਉਣ ਦਾ।